मैं पहला तेनू देखे आ किते देखे आ किते पहला मूरी सीट तेन बैठी जी मैं उरे देखे तेनू चंगी तरह याद जाना तेन तो पूरा गाना तेन याद नहीं है का मैं अदरा गोदी च बैठा है ना मेरा ही मुंडा पहला थोनू सुने आ किते पर चंगी तरह आ किते तो वाले गाने कौन ला की तेन की हो गया असी अज निकले जी इंडिया जाना जिवें शरण ने शॉपिंग करने वास्ते ते सब तो पहला असी गए सीगे लॉयर कोले क्योंकि उत्थे एक एफिडेविट बनाना पैंदा पिछली बारी तो असी तिने जाने कट्ठे गए सीगे मैं शरण ते अंगद पर उदों नहीं एफिडेविट की लोड़ हैगी पर कहिंदे जे एक सिंगल पेरेंट ਲੈਕੇ ਜਾਵੇ ਬੱਚੇ ਨੂੰ ਤਾਂ ਦੂਜੇ ਪੇਰੈਂਟ ਦਾ ਕਨਸੈਂਟ ਚਾਹੀਦਾ ਹੁੰਦਾ ਹਨਾ ਜਿਵੇਂ ਇਹ ਅੰਗਦ ਨੂੰ ਮੈਥੋਂ ਬਿਨਾਂ ਨਹੀਂ ਕਿਤੇ ਲੈ ਕੇ ਜਾ ਸਕਦੇ ਮੈਂ ਇਹਨਾਂ ਦੀ ਪਰਮਿਸ਼ਨ ਇਹ ਤਾਂ ਜਮਾ ਹੀ ਨਹੀਂ ਲੈ ਕੇ ਜਾ ਸਕਦੀ ਇਹ ਤਾਂ ਅੱਜ ਤੜਕੇ ਦੀ ਲੱਗੀ ਹੋਈ ਹੈ ਕਹਿੰਦੀ ਜੀ ਪਲੀਜ਼ ਸਾਈਨ ਕਰ ਦਿਓ ਤੁਸੀਂ ਸਾਈਨ ਕਰ ਕੋਈ ਨਾ ਜੀ ਤੁਹਾਨੇ ਵੀ ਕਦੇ ਲੈ ਕੇ ਜਾਣਾ ਹੋਊਗਾ ਫਿਰ ਮੇਰੇ ਸਾਈਨ ਤੋਂ ਬਿਨਾਂ ਨਹੀਂ ਲੈ ਕੇ ਜਾ ਸਕਦੇ ਮੈਂ ਤਾਂ ਉੱਥੇ ਪਹਿਲਾਂ ਲਾਹੌਰ ਕੋਲੇ ਜਾ ਕੇ ਮੁੱਕਰ ਲੱਗਿਆ ਸੀ ਮੈਂ ਕਿਹਾ ਵੀ ਮੈਂ ਨਹੀਂ ਜੀ ਚਾਹੁੰਦਾ ਮੇਰਾ ਪੁੱਤ ਜਾਵੇ ਅਤੇ ਮੇਰੀ ਘਰ ਵਾਲੀ ਜਾਵੇ ਪਰ ਨਾਲੇ ਤਾਂ ਲਾਇਰ ਨੇ ਪੈਸੇ ਲੈ ਲਏ ਮੇਰੇ ਤੋਂ ਨਾਲੇ ਜਾਣਗੇ ਨਾਲੇ ਟਿਕਟਾਂ ਦੇ ਪੈਸੇ ਅਲੱਗ ਹੋ ਗਏ ਅਤੇ ਜਿਹੜੀ ਹੁਣ ਸ਼ੋਪਿੰਗ ਕਰਨ ਆਇਆ ਉਹਦੇ ਪੈਸੇ ਅਲੱਗ ਹੋ ਜਾਣੇ ਆ ਸੋ ਸਭ ਤੋਂ ਪਹਿਲਾਂ ਆਪਾਂ ਅੱਜ ਸਟੋਪ ਲੈ ਰਹੇ ਹਾਂ ਜੀ ਫੈਸ਼ਨ ਆਈ ਕਿਊ 'ਤੇ ਮੈਂ ਇਹਨਾਂ ਦੀ ਇੰਸਟਾ 'ਤੇ ਰੀਲ ਦੇਖੀ ਸੀਗੀ ਵੀ ਇਹਨਾਂ 'ਤੇ ਕੋਈ ਦੀਵਾਲੀ ਸੇਲ ਲੱਗੀ ਹੋਈ ਆ ਅੰਦਰ ਜਾ ਕੇ ਚੈੱਕ ਕਰਦੇ ਹਾਂ ਵੀ ਕੀ ਲਈ ਮੈਨੂੰ ਬੜੀ ਐਕਸਾਈਟਮੈਂਟ ਸੀਗੀ ਉਰੇ ਆਉਣ ਦੀ ਕਿਉਂਕਿ ਇੱਥੇ ਸਾਰਾ ਤੂੰ ਹਲੇ ਤੱਕ ਆਈ ਨਹੀਂ ਹੈਗੀ ਮੈਂ ਆਈ ਨਹੀਂ ਸੀਗੀ ਇੰਡੀਅਨ ਸਾਰੇ ਲਾਈਕ ਕੱਪੜੇ ਮਿਲਦੇ ਨੇ ਮੈਨੂੰ ਬੜਾ ਚਾਅ ਇੱਥੇ ਦੇਖਣ ਦਾ ਨਾਲੇ ਸਭ ਤੋਂ ਵੱਡਾ ਸਟੋਰ ਆ ਇਹ ਅਸੀਂ ਜੀ ਗੱਡੀ ਦੇ ਵਿੱਚੋਂ ਉੱਤਰ ਹੀ ਨਹੀਂ ਰਹੇ ਹੈਗੇ ਮੈਨੂੰ ਐਂ ਵੀ ਹੋਇਆ ਪਿਆ ਵੀ ਅੰਦਰ ਕਦੋਂ ਵਗ ਜਾਂ ਪਰ ਮੈਨੂੰ ਐਂ ਵੀ ਆ ਵੀ ਚਲੋ ਅੰਗਦ ਥੋੜ੍ਹੀ ਜਿਹੀ ਨੀਂਦ ਵੀ ਪੂਰੀ ਹੋ ਜਾਏ ਇਹਦਾ ਨਾ ਨੈਪ ਟਾਈਮ ਹੋ ਗਿਆ ਸੀਗਾ ਤਾਂ ਕਰਕੇ ਫਿਰ ਇਹ ਸੌਂ ਗਿਆ ਹੁਣੇ ਸੁੱਤਾ ਅਤੇ ਹੁਣ ਅਸੀਂ ਬਸ ਖੜ੍ਹੇ ਹਾਂ ਪਾਰਕਿੰਗ ਦੇ ਵਿੱਚ ਚਲੋ ਟ੍ਰੇਨ ਵੀ ਆ ਗਈ ਲੈ ਹਾਏ ਅੰਗਦ ਨੇ ਇੰਨਾ ਖੁਸ਼ ਹੋਣਾ ਸੀ ਹੁਣ ਇਹਨੂੰ ਦੇਖ ਕੇ ਮੈਨੂੰ ਉਹ ਸ਼ੀਸ਼ਿਆਂ ਦੇ ਵਿੱਚੋਂ ਦਿਖ ਰਹੀ ਹੈਗੀ ਐਂਟਰ ਕਰਦੇ ਹਾਂ ਜੀ ਆਪਾਂ ਫੈਸ਼ਨ ਆਈ ਕਿਊ ਦੇਖਦੇ ਹਾਂ ਕੀ ਕਹਿੰਦੀ ਆ ਸੇਲ ਆਹ ਕੌਣ ਅੰਗਦ ਮਨਰਾਜ ਦਾ ਭੁਲੇਖਾ ਪੈ ਗਿਆ ਕੌਣ ਅੰਗਦ ਘੈਂਟ ਲੱਗ ਰਿਹਾ ਪੂਰਾ ਖੜ ਜਾ ਖੜ ਜਾ ਫੜੀ ਫੜੀ ਇਹਨੂੰ ਫੜੀ 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 ਛੋੜੀ ਚਿੜੀ ਕਿੰਨੀ ਜਚਦੀ ਆ ਉਹ ਲੱਗਦਾ ਪਾਕਿਸਤਾਨ ਵਾਲੇ ਦਾ ਨੇਤਾ ਜਿਹਾ ਲੱਗਦਾ ਕੋਈ ਓਏ ਪੋਲੀਟਿਕਸ ਤੋਂ ਸਹੀ ਕਰ ਲਓ ਕੁੰਡਾ ਲਾਈ ਜਾਂਦਾ ਬਸ ਵੀ ਮੈਨੂੰ ਵੀ ਦੇਖ ਕੇ ਇਹਨਾਂ ਨਜ਼ਰ ਨਾ ਲੱਗ ਜਾਵੇ ਮੈਨੂੰ ਫੜੀ ਫੜੀ ਖੋਲ ਲਾ ਲੈਣ ਦੇ ਲਾ ਲੈਣ ਦੇ ਲਾ ਲੈਣ ਦੇ ਲਾ ਲਾ ਖੜ ਜਾ ਪੁੱਤ ਦਿਖਾ ਦੋ ਦੀ ਹਾਏ ਕਿੰਨਾ ਸੋਹਣਾ ਲੱਗਦਾ ਨੀ ਗੁੱਗੀ ਬਾਈ ਕਿੰਨਾ ਜਚਦਾ ਯਾਰ ਇਹਨੂੰ ਤਾਂ ਬਾਲਾ ਚਾਅ ਚੜ ਗਿਆ ਕੁੜਤੇ ਪਜਾਮੇ ਦਾ ਹਾਏ ਹਾਏ ਓਏ ਸੋਹਣੇ ਇਹਦਾ ਪਤਾ ਨਹੀਂ ਹਾਏ 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 ਲੇਟ ਦਾ ਕਰਦਾ ਓਏ ਹਾਏ ਹਾਏ ਸਾਰੇ ਦੇਖ ਲਓ ਜੀ ਤੁਸੀਂ ਇਹਨੇ ਚਾਹੁੰਦੇ ਵੀ ਤੁਹਾਡਾ ਜਵਾਕ ਨਾ ਲੇਟੇ ਉਰੇ ਫਿਰ ਉਹਦੇ ਕੁੜਤੇ ਮੈਂ ਨਾ ਪਵਾਇਆ ਜੇ ਚਾਹੁੰਦੇ ਹੋਏ ਮੈਂ ਕਰੇਜ਼ੀ ਹੋ ਜਾਵੇ ਛੱਡੀ ਇਹਨੂੰ ਛੱਡ ਛੱਡ ਦੇ ਪੰਜ ਉਹ ਗੇੜਾ ਕੱਢਿਆ ਉੱਧਰ ਅੱਜ ਜੀ ਉਰੇ ਦੀਵਾਲੀ ਕਰਕੇ ਕੁਛ ਜ਼ਿਆਦਾ ਹੀ ਕੱਪੜੇ ਲਾਏ ਹੋਏ ਨੇ ਸੇਲਾਂ ਸੁਲਾਂ ਚੱਲਦੀਆਂ ਨੇ ਪੂਰੀਆਂ ਆਹ ਸਾਨੂੰ ਬੜਾ ਘੈਂਟ ਲੱਗਿਆ ਸ਼ਰਨ ਨੂੰ ਆਹ ਬਲੂ ਤੇ ਵਾਈਟ ਦਾ ਕੰਬੀਨੇਸ਼ਨ ਵੈਸੇ ਵੀ ਪਸੰਦ ਮੀਮੀ ਅੰਗਦ ਨੂੰ ਵੀ ਘੈਂਟ ਲੱਗਿਆ ਬਸ ਇਹਨੇ ਆਹ ਕਮਾਉਣਾ ਹੈਗਾ ਇਹਨਾਂ ਤਾਂ ਤੋੜ ਤੋੜ ਨਾ ਦਵੇ ਇਹਨਾਂ ਦਾ ਕੁਝ ਇਹ ਕਮਾਈ ਜਾਂਦਾ ਇਹਨੇ ਜੀ ਹਾਂ ਤੇ ਇਹਨਾਂ ਨੇ ਇੱਕ ਨਵਾਂ ਸੈਕਸ਼ਨ ਵੀ ਐਡ ਕਰ ਲਿਆ ਵੈਸੇ ਤਾਂ ਕਾਫੀ ਚੀਜ਼ਾਂ ਐਡ ਕਰ ਲਈਆਂ ਟੋਪੀ ਲਾ ਕੇ ਬੋਲੀ ਐ ਨਹੀਂ ਬੁੱਤ ਕਰੀਦਾ ਹੁੰਦਾ ਓ ਦੇਖੋ ਉਧਰਲੇ ਪਾਸੇ ਇਹਨਾਂ ਨੇ ਨਵਾਂ ਸੈਕਸ਼ਨ ਐਡ ਕੀਤਾ ਵਾ ਜਿਹਦੇ ਵਿੱਚ ਆ ਬਲੈਂਕਟ ਹੋ ਗਏ ਜਿਹੜਾ ਆਪਾਂ ਇੰਡੀਆ ਤੋਂ ਸਮਾਨ ਲਿਆਉਂਦੇ ਹਾਂ ਚਾਦਰਾਂ ਹੋ ਗਈਆਂ ਉਹ ਵਾਲਾ ਸੈਕਸ਼ਨ ਐਡ ਕੀਤਾ
ਸੋ ਜਿਹਨੂੰ ਚਾਹੀਦੀਆਂ ਹੋਈਆਂ ਉਹ ਵੀ ਵਿਜ਼ਿਟ ਕਰ ਸਕਦਾ ਵਾ। ਬਾਕੀ ਕੱਪੜੇ ਤਾਂ ਉਰੇ ਬਹੁਤ ਹੀ ਜ਼ਿਆਦਾ ਨੇ, ਬੰਦਾ ਆ ਕੇ ਕਨਫਿਊਜ਼ ਹੋ ਜਾਂਦਾ ਵੀ ਕੀ ਚੂਜ਼ ਕਰਾਂ। ਹੁਣ ਮੈਨੂੰ ਆਹ ਸੋਹਣਾ ਲੱਗਣ ਲੱਗ ਗਿਆ, ਆਹ ਵਾਈਟ ਨਾਲ ਮੈਨੂੰ ਵੀ ਘੈਂਟ ਲੱਗਿਆ। ਆਹ ਸਾਰੀ ਘੈਂਟ ਨੇ ਆ ਪੀਸ ਇਹ ਜਿਹੜੇ ਪਏ ਨੇ, ਇਹ ਹੈ ਜੀ ਇੱਕ ਮੈਰੂਨ ਤੇ ਇੱਕ ਆਹ ਸ਼ਰਾਰਾ ਸੂਟ ਜਿਹਾ। ਮੈਂ ਮੈਂ ਨਹੀਂ ਬਾੜੇ ਐਸ ਐਸ ਇਕੱਠੇ ਹੋ ਸਕਦੇ ਆ ਵੀ ਆਈ ਐਕਸੈਪਟਡ। ਮੈਨੂੰ ਆਹ ਜਿਹੇ ਕਲਰ ਦਾ ਸੂਟ ਮੇਰੇ ਕੋਲ ਹੈਗਾ ਪਰ ਵਾਈਨ ਕਲਰ ਦਾ। ਉਹ ਠੀਕ ਆ, ਇੱਕ ਉਧਰ ਵੀ ਇਹਨੂੰ ਘੈਂਟ ਲੱਗਿਆ ਸੀਗਾ, ਉਹ ਕਿਹੜਾ ਸੀਗਾ ਸ਼ਰਨ? ਉਹ ਹੈਗਾ ਜੀ ਅੰਗਦ ਆਜਾ ਪੁੱਤਰੀ ਖੇਡੀ ਜਾਣਦੇ ਉਹਨੂੰ ਚੁਕੁੰਡਿਆ ਕੁਛ ਨਹੀਂ ਹੁੰਦਾ। छोटे रीजनेबल ने अजकल सेल भी लगी हुई है दिवाली करके। अंगद अंगद ओ देख बाहर कितना सोहना व्यू आ, ओ देख बाहर की है इतना ज्यादा सोहना। पिछली बार मैं स्टोर बहुत ज्यादा वड्डा पर तक ਕਰ ਲਿਆ ਦੇਖ ਲੋ ਜੀ ਫਿਰ ਸਾਨੂੰ ਕਿੰਨਾ ਫਾਇਦਾ ਹੋਇਆ। ਮੈਂ ਕਿਹਾ ਕਹਿੰਦੀ ਮੈਂ ਕੋਈ ਸਟੋਰੀ ਸੁਣਾਉਣੀ ਆ, ਮੈਂ ਕੋਈ ਬਾਹਲੀ ਜ਼ਿਆਦਾ ਚੱਕਵੀਂ ਹੋਊਗੀ ਪਰ ਨਾਲੇ ਸਾਡੇ ਫਰੈਂਡ ਦੇ ਸੇਮ ਸੇਮ ਹੋ ਗਏ। ਆ ਦੇਖੋ ਟਰੈਕ ਸੂਟ ਵਗੈਰਾ ਲੱਗੇ ਹੋਏ ਨੇ ਜੀ ਸਾਰਿਆਂ ਤੇ, ਵਧੀਆ ਜਾਨੀ ਸੇਲ ਆਫ ਆਫ ਵਧੀਆ ਲੱਗਿਆ ਹੋਇਆ ਵਾ ਤੇ ਰੰਗ ਬਰੰਗੇ ਕੱਪੜੇ ਨੇ। ਬਾਕੀ ਤੁਹਾਨੂੰ ਆਪਾਂ ਸਟੋਰ ਦਾ ਸਾਰਾ ਵਲੌਗ ਪਹਿਲਾਂ ਬਣਾਇਆ ਹੋਇਆ ਜੀ। ਇੱਧਰ ਪੱਗਾਂ ਆ ਗਈਆਂ, ਉਹ ਉੱਧਰ ਕੁੜਤੇ ਪਜਾਮੇ ਆ ਗਏ, ਆਹ ਜਿਹੜੀਆਂ ਜੈਕਟਸ ਜੀਆਂ ਪਈਆਂ ਨੇ ਵਾਸ਼ ਦੀ ਜੈਕਟ ਕਹਿ ਲਓ ਹਨਾ ਜਾਂ, ਅਤੇ ਆਹ ਮੈਨੂੰ ਇਹਦੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗੇ। ਆਹ ਖਾਸ ਕਰਕੇ ਆ ਮਾਸਟਰਡ ਵਾਲਾ, ਉੱਪਰ ਸ਼ਿਕਾਗੋ ਬੁਲਸ ਲਿਖਿਆ ਹੋਇਆ ਵਾ ਅਤੇ ਜਾਰਡਨ ਬਣਿਆ ਹੋਇਆ ਵਾ। ਔਰੇਂਜ ਵਾਲੇ ਵੀ ਆ, ਔਰੇਂਜ ਵਾਲੀ ਵੀ ਘੈਂਟ ਸੀਗੀ। ਬਾਕੀ ਵਾਈਟ ਕਲਰ ਦੇ ਵਿੱਚ ਵੀ ਹੈਗੀ ਆ, ਔਰ ਰੈੱਡ ਕਲਰ ਦੇ ਵਿੱਚ ਵੀ ਨੇ, ਅਤੇ ਹੋਰ ਵੀ ਕਾਫੀ ਸਮਾਨ ਪਿਆ ਵਾ। ਆਹ ਕੱਪੜਿਆਂ ਨੂੰ ਆਲਟਰੇਸ਼ਨ ਕਰਨ ਵਾਲਾ ਵੀ ਇਹਨਾਂ ਦੇ ਇਨ ਹਾਊਸ ਹੀ ਆ, ਔਰ ਅੰਗਦ ਆ ਕੁੜਤਾ ਪਜਾਮਾ ਥੋੜ੍ਹਾ ਜਿਹਾ ਪਜਾਮਾ ਲੰਬਾ ਸੀ ਉਹ ਵਾਲਾ ਸਹੀ ਕਰਕੇ ਦੇ ਰਹੇ ਨੇ। ਆਹ ਇੰਨੀ ਕੁ ਕੁੜੀ ਵਾਲੀ ਡਰੈਸ ਸੀਗੀ, ਮੈਂ ਬਾਹਲੀ ਵੱਡੀ ਦੀ ਪਵਾਈ ਜਾਂਦਾ, ਇਹ ਤਾਂ ਮੈਨੂੰ ਵੀ ਕਹਿੰਦੇ ਸੀ ਤੇਰੇ ਵੀ ਆ ਜਾਣੀ ਆ। ਮੈਂ ਤਾਂ ਕਿਹਾ ਵੀ ਛੋਟੇ ਬੱਚੇ ਆ ਦੇਖੋ, ਇਹਦੀ ਵੀ ਗਰਦਨ ਹੈ ਇਹ ਵੀ ਪਿੱਛੇ ਦੇਖੀ ਜਾਂਦੀ ਵੀ ਉਹ ਵੀ ਬਾਹਲਾ ਸੋਹਣਾ, ਪਰ ਤੂੰ ਉਰੇ ਬੈਠੀ ਆ ਤੂੰ ਪਿੱਛੇ ਦੇਖ ਸ਼ਰਨ, ਫਿਰ ਤੇਰੀ ਵੀ ਗਰਦਨ ਨਹੀਂ ਰਹਿਣੀ। ਉਹ ਰਹੀ ਨਹੀਂ ਕਿੱਥੇ ਕੀ ਕਰਦਨ। ਹੋਰ ਵੀ ਉਹਨਾਂ ਕੋਲ ਬਾਹਲੇ ਰੰਗ ਸੀਗੇ, ਪਰ ਇਹ ਵਾਲਾ ਤਾਂ ਲਿਆ ਕਿਉਂਕਿ ਮੇਰੇ ਕੋਲ ਵੀ ਇਹੋ ਜਿਹਾ ਹੀ ਰੰਗ ਆ ਹਰਾ ਜਿਹਾ, ਤੇ ਮੇਰੇ ਕੋਲ ਇਹੋ ਜਿਹੀ ਜੈਕਟ ਵੀ ਹੈਗੀ ਆ, ਮੇਰੇ ਤੇ ਅੰਗਦ ਦੀ ਮੈਚਿੰਗ ਹੋ ਜਾਣੀ ਆ। ਸ਼ਰਨ ਕੋਲ ਹਰਾ ਸੂਟ ਹੈਗਾ, ਹਾਂ ਮੇਰੇ ਕੋਲ ਹਰਾ ਸੂਟ ਹੈਗਾ ਤਾਂ ਹੈਗਾ ਲੈ, ਵਿਆਹ ਲਾ ਕੇ ਦਾ ਹਰਾ ਸੂਟ ਭੁੱਲ ਗਈ, ਐਨੇ ਸੂਟ ਦਵਾ ਦਵਾ ਯਾਰ, ਕੁੜੀਆਂ ਕਿਵੇਂ ਭੁੱਲ ਜਾਂਦੀਆਂ ਨੇ। ਇਹ ਹਜਾ ਗ੍ਰੀਨ ਮੇਰੇ ਕੋਲ ਕੋਈ ਸੂਟ ਨਹੀਂ ਹੈਗਾ ਯਾਰ, ਮੈਂ ਕਿਹਨੂੰ ਦਵਾਇਆ ਸੀਗਾ, ਮੰਮੀ ਨੂੰ ਨਾ ਦਵਾਇਆ। ਕਿਹਦੀ ਮੰਮੀ ਨੂੰ ਯਾਰ? ਆਪਣੀ ਮੰਮੀ ਨੂੰ, ਆਪਣੀ ਬੇਗਵਾਲ ਵਾਲੀ ਮੰਮੀ। ਅਸੀਂ ਅੰਗਦ ਵਾਸਤੇ ਸ਼ਾਪਿੰਗ ਕਰ ਲਈ ਜੀ, ਹੁਣ ਇਦੋਂ ਜਿਹੜੇ ਬੜੇ ਜਵਾਕ ਨੇ ਮਨਰਾਜ ਤੇ ਰਾਜ ਦੀ ਵਾਸਤੇ ਚਾਕਲੇਟ ਲੈਣੇ ਆ, ਫਿਰ ਜਿਹੜੇ ਉਹ ਤਾਂ ਬੜੇ ਜਿਵੇਂ ਜੋਧਾ ਹੋ ਗਿਆ ਉਹਦੇ ਵਾਸਤੇ ਚਾਕਲੇਟ ਲੈਣੇ ਆ, ਸੋ ਅਸੀਂ ਚਾਕਲੇਟ ਲੈਣ ਹੁਣ ਆਏ ਆ ਡਾਲਰਾਮਾ ਤੋਂ। ਚਲੋ ਆ ਜਾਓ। ਨੀ ਇਹਨੂੰ ਸ਼ਾਪਿੰਗ ਕਿਹਨੇ ਸਿਖਾਤੀ? ਮੈਂ ਸਿਖਾਈ ਸੀ ਉਦੋਂ ਵੀ, ਐਂ ਚੀਜ਼ਾਂ ਚੱਕ ਕੇ ਰੱਖੀ ਹੋ ਜਦੋਂ ਫਰੈਸ਼ ਹੋ ਗਏ ਸੀ ਅਸੀਂ ਯਾਰ। ਉਹ ਹੋਰ ਵੀ ਕੁਝ ਰੱਖ ਲਾ, ਹੁਣ ਇਹ ਕੈਰਟ ਕੇਕ ਹੀ ਰੱਖੀ ਜਾਣੇ ਨੇ, ਅੱਗੇ ਵੀ ਕਿੰਨਾ ਕੁਝ ਪਿਆ ਯਾਰ। ਇਹਦਾ ਸ਼ਾਪਿੰਗ ਕਰਨ ਲੱਗ ਗਿਆ, ਪਤਾ ਲੈ ਕੇ ਤੇਰੇ ਨਾਲ ਕੋਈ ਨਹੀਂ ਜਾਣਾ ਹੈਗਾ, ਤੂੰ ਪਹਿਲਾਂ ਬਹੁਤ ਮਿੱਠਾ ਕਰਨਾ। ਟੌਫੀਆਂ ਲੈ ਜਾ, ਇਹ ਆਪਣੇ ਇੰਡੀਆ ਵਾਸਤੇ ਸ਼ਾਪਿੰਗ ਕਰ ਰਿਹਾ। ਆ ਜਾ ਲੈ ਪੁੱਤ, ਜਿਹੜਾ ਰੱਖਣਾ ਰੱਖੋ। ਆਹ ਲੈ ਲੰਗਦਾ, ਆਹ ਵੀ ਵਧੀਆ, ਆਹ ਵਧੀਆ,
ਆ ਵੀ ਵਧੀਆ ਇਹ ਤਾਂ ਓਰੀਓਜ਼ ਵੀ ਚੱਕ ਚੱਕ ਚਲੋ ਗੁੱਡ ਜੌਬ ਆਪਾਂ ਹੁਣ ਚਾਕਲੇਟ ਵਾਲੀ ਆਇਲ ਚ ਆ ਗਏ ਚਾਕਲੇਟ ਚੱਕਦੇ ਆ ਛੇਤੀ ਛੇਤੀ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੋਦੇ ਲਈ ਤਾਂ ਰਹਿਣ ਦੋ ਹਨਾ ਕੈਂਡੀਜ਼ ਲੈ ਕੇ ਜਾਣ ਨੂੰ ਜਾਂ ਚਾਕਲੇਟ ਮੈਨੂੰ ਕੁਝ ਹੋਰ ਸੁਣੇ ਸੀ ਕਹਿੰਦੀ ਜੀ ਜੋਦੇ ਲਈ ਵੀ ਲੈਣੀਆਂ ਨੇ ਆਏ ਕਿਹਾ ਸੀਗਾ ਹਾਏ ਮੈਂ ਇੱਧਰ ਆਪਣੇ ਸਾਲੇ ਵਾਸਤੇ ਲਈਆਂ ਨੇ ਤੇ ਮੇਰੀ ਸਾਸੂ ਮਾਂ ਵਾਸਤੇ ਟੌਫੀਆਂ ਲਈਆਂ ਨੇ ਆ ਮੈਂ ਆਪਣੀ ਮੰਮੀ ਵਾਸਤੇ ਤੇ ਸਾਡੇ ਇੱਧਰ ਦੇ ਜਵਾਕਾਂ ਵਾਸਤੇ ਲਈਆਂ ਨੇ ਸੋ ਮਿਕਸ ਚੱਲ ਰਿਹਾ ਕੰਮ ਸ਼ਾਨ ਨਾਲੇ ਘੱਟ ਚੱਕਣ ਦਿੰਦੀ ਆ ਮੈਂ ਤਾਂ ਕਹਿੰਦਾ ਵੀ ਚੱਕ ਦੋ ਨਹੀਂ ਜੀ ਇੰਨਾ ਚਲੋ ਕੀ ਮਿੱਠਾ ਹਾਏ ਨਾ ਆ ਕੀ ਚੱਕ ਲਿਆ ਉਹਨੇ ਨੀਚੋ ਚੱਕਿਆ ਨੇ ਹਾਂ ਦੇਖ 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 ਲੈ ਅੰਗਦ ਵੀ ਥੱਕ ਗਿਆ ਜੀ ਅੱਜ ਕਾਫੀ ਟਾਈਮ ਹੋ ਗਿਆ ਇਹਨੂੰ ਬਾਹਰ ਪਰ ਵਧੀਆ ਬਣ ਕੇ ਰਿਹਾ ਥੋੜਾ ਬਹੁਤ ਰੋਇਆ ਵੀ ਖਰਚ ਟਿਕਦਾ ਨਹੀਂ ਹੈਗਾ ਤਾਂ ਇੱਕ ਤਾਂ ਇਹ ਟਿਕਦਾ ਨਹੀਂ ਕਿਤੇ ਨਹੀਂ ਟਿਕਿਆ ਇਹ ਜਿਹੀ ਇਹਨੂੰ ਕੁੜਤਾ ਪਜਾਮਾ ਦਵਾ ਤਾਂ ਜਿਹੇ ਜਿਹੇ ਕੱਪੜੇ ਪਾਈ ਫਿਰਦਾ ਅੱਜ ਨਹੀਂ ਇਹ ਹੈਗਾ ਪੈਰਟ ਗ੍ਰੀਨ ਥੋੜਾ ਜਿਹਾ ਜੀ ਉਹ ਹੈਗਾ ਜਿਹਦਾ ਲੀਫੀ ਗ੍ਰੀਨ ਡਾਰਕ ਗ੍ਰੀਨ ਬਾਕੀ ਸ਼ੋਪਿੰਗ ਅਸੀਂ ਬਾਹਲੀ ਕੀਤੀ ਨੇ ਕਿਉਂਕਿ ਵੈਸੇ ਵੀ ਘਰ ਦੇ ਮਤਲਬ ਇੰਡੀਆ ਤੋਂ ਜ਼ਿਆਦਾ ਸਮਾਨ ਲੈ ਖੁਸ਼ ਨੇ ਉੱਥੇ ਸੂਟ ਦਾ ਉਹਨਾਂ ਨੂੰ ਪਤਾ ਕਿਹੜੀਆਂ ਦੁਕਾਨਾਂ ਤੋਂ ਕਿਵੇਂ ਦਾ ਸੂਟ ਮਿਲਦਾ ਵਾ ਬਾਕੀ ਉੱਥੇ ਉਹ ਸਿਉਣਾ ਦੇ ਦਿੰਦੇ ਆ ਇੰਡੀਆ 'ਚ ਇਹੋ ਜਿਹਾ ਕੱਪੜਾ ਥੋੜ੍ਹਾ ਜਿਹਾ ਵੱਧ ਤਰੀਕੇ ਦਾ ਹੁੰਦਾ ਉਹ ਪਰ ਬਾਈ ਉਹਨਾਂ ਦੀ ਦੁਕਾਨ ਦੇ ਵਿੱਚ ਵੀ ਬਹੁਤ ਤਰੀਕੇ ਦੇ ਡਿਫਰੈਂਟ ਡਿਫਰੈਂਟ ਮਤਲਬ ਇੰਨਾ ਜ਼ਿਆਦਾ ਵੱਡਾ ਸ਼ੋਰੂਮ ਮੈਂ ਨਹੀਂ ਦੇਖਿਆ ਹੈਗਾ ਕੈਨੇਡਾ ਦੇ ਵਿੱਚ ਹਾਂ ਆਪਣੇ ਜਿਹੜੇ ਮਤਲਬ ਇੰਡੀਅਨ ਕਲੋਥਿੰਗ ਵਾਲਾ ਵਾ ਅਤੇ ਦੀਵਾਲੀ ਕਰਕੇ ਉਹਨਾਂ ਦੀ ਸੇਲ ਲੱਗੀ ਹੋਇਆ ਸੋ ਤੁਸੀਂ ਜੇ ਥੋੜ੍ਹਾ ਟਾਈਮ ਲੱਗਿਆ ਜ਼ਰੂਰ ਇੱਕ ਵਾਰੀ ਵਿਜ਼ਿਟ ਕਰ ਲਿਓ ਮੈਂ ਉਹਨਾਂ ਦਾ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਵੀਡੀਓ ਦੇ ਵਿੱਚ ਹੈ ਨਾ ਅਤੇ ਬਾਹਲਾ ਜ਼ਿਆਦਾ ਘੈਂਟ ਸਟੋਰ ਸੀਗਾ ਅਤੇ ਮੁੜਦੇ ਹੋਈ ਅਸੀਂ ਬਸ ਉਹਨੇ ਡੋਲਰਾਮਾ ਤੋਂ ਚਾਕਲੇਟ ਲੈ ਲਏ ਪਹਿਲਾਂ ਹੀ ਸੋਚਿਆ ਸੀ ਵੀ ਵਾਲਮਾਰਟ ਤੋਂ ਥੋੜ੍ਹੀ ਜਿਹੀ ਮੰਮੀ ਉਹਨਾਂ ਵਾਸਤੇ ਕੋਟੀਆਂ ਜੀਆਂ ਲੈ ਲਾਂਗੇ ਕੁਛ ਇਹੋ ਜਿਹਾ ਟਾਈਪ ਲੈ ਲਾਂਗੇ ਮੈਂ ਗਈ ਵੀ ਸੀ ਦੇਖਣ ਮੈਂ ਸਕੁਐਰ ਵਨ ਗਈ ਸੀਗੀ ਮਾਲ 'ਚ ਅਤੇ ਪਰ ਮੈਨੂੰ ਉੱਥੇ ਜਿਹੜੀਆਂ ਚੀਜ਼ਾਂ ਵਧੀਆ ਲੱਗੀਆਂ ਮੰਮੀ ਉਹਦੇ ਕੋਲ ਇੰਡੀਆ ਦੇ ਵਿੱਚ ਉਹਦੇ ਤੋਂ ਜ਼ਿਆਦਾ ਵਧੀਆ ਪਾਉਂਦੇ ਨੇ ਮੈਨੂੰ ਮੈਂ ਆਪਣੇ ਕਜ਼ਨ ਨੂੰ ਉਹਰਿਆਂ ਨੂੰ ਨਾਲ ਲੈ ਕੇ ਗਈ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਉਹਨਾਂ ਨੂੰ ਇਹ ਨਹੀਂ ਪਸੰਦ ਆਉਂਦਾ ਸੋ ਤੇ ਠੀਕ ਆ ਆਪਣੇ ਹਿਸਾਬ ਨਾਲ ਲੈ ਲੈਣਗੇ ਜੇ ਕੋਈ ਪਸੰਦ ਆਉਂਦਾ ਸੀ ਉਹ ਜਿਵੇਂ ਹੈਗਾ ਸੀ $150 ਮੈਂ ਕਿਹਾ ਯਾਰ $150 ਦਾ ਤਾਂ ਚਲੋ ਇੰਡੀਆ ਦੇ ਵਿੱਚ ਉਹੀ ਮੈਂ ਉਹਨਾਂ ਨੂੰ ਕਿੰਨੇ ਸੂਟ ਲੈ ਦਾਂ ਆਂਦੇ ਸਾਰੇ ਕਿਤੇ ਲਿਟੀ ਜਾਂਦਾ ਹੁਣ ਫੇਰ ਉਹਦੇ ਥੱਲੇ ਲਿਟਿਆ ਪਿਆ ਅੱਜ ਇਹਨੂੰ ਪਤਾ ਨਹੀਂ ਕੀ ਹੋਇਆ ਜਿੱਥੇ ਦੇਖਦਾ ਪੈ ਜਾਂਦਾ ਪਤਾ ਨਹੀਂ ਇਹ ਸਟਾਰਟ ਇਹਦੀ ਨੀਂਦ ਨਹੀਂ ਪੂਰੀ ਹੋਈ ਬਾਕੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ ਬਾਏ ਐਂਡ ਥੈਂਕ ਯੂ ਸੋ ਮਚ ਫਾਰ ਵਾਚਿੰਗ ਬਾਏ ਜੀ ਬਾਏ